यूबीडीसी ड्रैन खालड़ा च मिली अणपछाती लाश। ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਥਾਣਾ ਖਾਲੜਾ ਦੇ ਨਜ਼ਦੀਕ ਪੈਂਦੀ UBDC ਡਰੈਨ ਵਿੱਚੋਂ ਅਣਪਛਾਤੀ ਲਾਸ਼ ਮਿਲਣ ਦੀ ਖਬਰ ਸਾਹਮਣੇ ਆਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਖਾਲੜਾ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਥਾਣਾ ਖਾਲੜਾ ਦੇ SHO ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ UBDC ਡਰੈਨ ਖਾਲੜਾ 'ਚ ਇੱਕ ਅਣਪਛਾਤੀ ਲਾਸ਼ ਰੁੜ ਕੇ ਆਈ ਹੈ। ਉਹਨਾਂ ਕਿਹਾ ਕਿ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ 174 ਦੀ ਕਾਰਵਾਈ ਕਰ ਲਾਸ਼ ਨੂੰ ਸ਼ਨਾਖਤ ਲਈ 72 ਘੰਟੇ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਹੈ। ਉਹਨਾਂ ਦੱਸਿਆ ਕਿ ਲਾਸ਼ ਜ਼ਿਆਦਾ ਗਲੀ ਸੜੀ ਹੋਣ ਕਾਰਨ ਕੰਟਰੋਲ ਰੂਮ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ UBDC ਡਰੈਨ 'ਚ ਰੁੜ ਕੇ ਆਈ ਲਾਸ਼ ਨੂੰ ਡਿਫੈਂਸ ਡਰੈਨ 'ਤੇ ਕੰਮ ਕਰਨ ਵਾਲੇ ਇੱਕ ਪ੍ਰਦੇਸੀ ਨੌਜਵਾਨ ਦੇਖਿਆ ਹੈ। ਵਿਧ ਕੀ ਨਾਮ ਹੈ ਆਪਣਾ? ਸਹਾਰਨਪੁਰ। ਕੀ ਕੰਮ ਕਰਦੇ ਜੋ? ਜੀ ਪੁਲ ਦਾ ਕੰਮ ਕਰਦੇ ਹੈ। ਇਹ UBDC ਡਰੈਨ ਖਾਲੜੇ 'ਚ ਕਰਦੇ ਜੋ? ਜੀ ਜੀ। ਅਤੇ ਇਹ ਜਿਹੜੀ ਡੈੱਡ ਬੋਡੀ ਆਈ ਕਿੱਦਣ ਦੀ ਆਈ ਆ? ਇਹ ਇੱਧਰ ਸੇ ਆਈ, ਪਾਣੀ ਬਹੁਤ ਪਾਣੀ ਚੱਲ ਰਿਹਾ ਤਾ ਜਬ ਤੋਂ ਦੇਖੀ ਨਹੀਂ ਸੀ ਸਰ ਜੀ। ਅੱਜ ਜੋ ਪਾਣੀ ਡੋਨ ਦਿਆ ਹੈ ਤੋ ਬਾਅਦ ਮੈਂ ਦੇਖੀ ਆਇਆ, ਕਿਨਾਰੇ ਪੇ ਲਟਕ ਗਈ ਸੀ ਸਰ। ਅਤੇ ਲਾਸ਼ ਦੀ ਜਿਹੜੀ ਹਾਲਾਤ ਆ ਬਹੁਤ ਮਾੜੇ ਆ, ਮੇਰੇ ਸਣ ਕੁੱਤਿਆਂ ਕੱਤਿਆਂ ਨੇ ਖਾਧੀ ਇਹਨੂੰ। ਜੀ ਜੀ ਜੀ। ਅਤੇ ਕੋਈ ਜਾਣਕਾਰੀ ਲੱਗੇ ਜਿਹੜੇ ਤੁਹਾਡੇ ਇੱਥੇ ਪੰਜਾਬੀ ਜਿਹੜੇ ਤੁਰੇ ਫਿਰਦੇ ਹੋ ਤੁਸੀਂ ਉਹਨਾਂ ਨੂੰ ਦਿੱਤੀ ਆ? ਜੀ ਠੀਕ। ਹਾਂਜੀ ਸਰ, UBDC ਡਰੈਨ ਖਾਲੜਾ ਦੇ ਵਿੱਚ ਇੱਕ ਡੈੱਡ ਬੋਡੀ ਆਈ ਹੈ, ਕੀ ਹੈ ਮਾਮਲਾ ਸਰ? ਇਹ ਪੁਰਾਣੀ ਲਾਸ਼ ਸਰ, ਲਾਸ਼ ਕਾਫੀ ਜ਼ਿਆਦਾ ਗਲੀ ਸੜੀ ਹੈ, ਕੋਈ ਕੁੱਤਿਆਂ ਨੇ ਨੋਚਿਆ ਨਾਚਿਆ ਵੀ ਯਾਰ? ਇਹੋ ਜਿਹੀ ਗੱਲ ਨਹੀਂ, ਪਾਣੀ ਦੇ ਵਿੱਚ ਆਈ, ਪਾਣੀ ਦਾ ਤਲਾਬ ਥਾਂ ਹੋਣ ਕਰਕੇ ਹੁਣ ਕੱਢੇ ਦਿਆ। ਅਤੇ ਸਰ ਇਹਨੂੰ ਇਹ ਕੀ ਕਰ ਰਹੇ, ਇਹਨੂੰ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ TV ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।